Hey guys, subscribe and press the bell icon to never miss a video from Gabru. Superhit franchise Yamla Pagla Diwana da third part Yamla Pagla Diwana fir se release hon nu taiyar hai ate is film da dooja geet haal hi vich release kar ditta gaya hai. ਦੱਸਣ ਯੋਗ ਹੈ ਕਿ ਫਿਲਮ ਦਾ ਪਹਿਲਾ ਗੀਤ ਕੁਝ ਦਿਨ ਪਹਿਲਾਂ ਹੀ ਰਿਲੀਜ਼ ਹੋਇਆ ਸੀ ਜਿਸ ਦਾ ਟਾਈਟਲ ਸੀਗਾ ਜੀ ਲਿਟਲ ਲਿਟਲ ਅਤੇ ਇਸ ਗਾਣੇ ਨੂੰ ਆਪਣੀ ਆਵਾਜ਼ ਦਿੱਤੀ ਸੀ ਜੀ ਪ੍ਰੋਮੀਨੈਂਟ ਪੰਜਾਬੀ ਸਿੰਗਰ ਹਾਰਡੀ ਸੰਧੂ ਨੇ ਗਾਣਾ ਆਲਰੇਡੀ ਹਿੱਟ ਹੈ ਅਤੇ ਉਸ ਤੋਂ ਬਾਅਦ ਹੁਣ ਦੂਜਾ ਗੀਤ ਵੀ ਰਿਲੀਜ਼ ਕਰ ਦਿੱਤਾ ਗਿਆ ਇਸ ਦੂਜੇ ਗੀਤ ਦਾ ਟਾਈਟਲ ਹੈ ਜੀ ਨਜ਼ਰ ਬੱਟੂ ਜਿਸ ਦੀ 80% ਸ਼ੂਟਿੰਗ ਹੋਈ ਹੈ ਜੀ ਪਵਿੱਤਰ ਸ਼ਹਿਰ ਅੰਮ੍ਰਿਤਸਰ ਵਿੱਚ ਹਾਂਜੀ ਗਾਣੇ ਦੀ ਸ਼ੁਰੂਆਤ ਹੁੰਦੀ ਹੈ ਜੀ ਹਰਿਮੰਦਰ ਸਾਹਿਬ ਤੋਂ ਅਤੇ ਉਸ ਤੋਂ ਬਾਅਦ ਹਰਿਮੰਦਰ ਸਾਹਿਬ ਦੇ ਇਰਦ ਗਿਰਦ ਬਣੀ ਹੈਰੀਟੇਜ ਸਟਰੀਟ ਮਹਾਰਾਜਾ ਰਣਜੀਤ ਸਿੰਘ ਚੌਂਕ ਅਤੇ ਮਿਊਜ਼ੀਅਮ ਵਿੱਚ ਵੀ ਇਸ ਗਾਣੇ ਦੀ ਸ਼ੂਟਿੰਗ ਕੀਤੀ ਗਈ ਹੈ ਐਂਡ ਹੇਅਰ ਆਰ ਸਮ ਸਕ੍ਰੀਨਸ਼ਾਟਸ ਫਰੋਮ ਦਾ ਸੌਂਗ ਭਾਵੇਂ ਇੱਕ ਬਾਲੀਵੁੱਡ ਫਿਲਮ ਹੈ ਲੇਕਿਨ ਪੰਜਾਬੀ ਆਡੀਅੰਸਿਸ ਲਈ ਖਾਸ ਗੱਲ ਇਹ ਹੈ ਕਿ ਇਸ ਫਿਲਮ ਵਿੱਚ ਤੁਹਾਨੂੰ ਜਿਹੜੇ ਪੰਜਾਬੀ ਐਕਟਰਸ ਵੇਖਣ ਨੂੰ ਮਿਲਣ ਵਾਲੇ ਹਨ ਉਹ ਹਨ ਜੀ ਅਨੀਤਾ ਦੇਵਗਨ ਕਾਮੇਡੀਅਨ ਐਕਟਰ ਬੀਨੂ ਢਿੱਲੋਂ ਰਾਣਾ ਰਣਬੀਰ ਅਤੇ ਸਪੈਸ਼ਲ ਕੈਮੀਓ ਰੋਲ ਵਿੱਚ ਤੁਹਾਨੂੰ ਵਿਖਣਗੇ ਜੀ ਪੰਜਾਬੀ ਸੁਪਰ ਸਟਾਰ ਗਿੱਪੀ ਗਰੇਵਾਲ ਅਤੇ ਫਿਰ ਹੋ ਜਾਓ ਤਿਆਰ ਅਤੇ ਬੁਕਿੰਗ ਕਰ ਲਓ ਮੇਰੇ ਯਾਰ ਲੇਕਿਨ ਇਹ ਫਿਲਮ ਆਉਣ ਵਾਲੀ 31 ਅਗਸਤ ਨੂੰ ਰਿਲੀਜ਼ ਹੋਣ ਵਾਲੀ ਹੈ ਅਤੇ ਉਸੇ ਦਿਨ ਗਿੱਪੀ ਗਰੇਵਾਲ ਬੀਨੂ ਢਿੱਲੋਂ ਸਟਾਰਰ ਮਰ ਗਏ ਹੋਏ ਲੋਕੋ ਵੀ ਰਿਲੀਜ਼ ਹੋ ਰਹੀ ਹੈ ਅਤੇ ਫਿਰ ਹੁਣ ਤੁਸੀਂ ਕਿਹੜੀ ਮੂਵੀ ਦੀ ਟਿਕਟ ਬੁੱਕ ਕਰਾਉਣ ਵਾਲੇ ਹੋ ਸਾਨੂੰ ਥੱਲੇ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਜ਼ਰੂਰ ਦੱਸੋ ਨਿਊਜ਼ ਵਧੀਆ ਲੱਗੀ ਹੈ ਲਾਈਕ ਕਰੋ ਸ਼ੇਅਰ ਕਰੋ ਅਤੇ ਸਾਡੇ ਚੈਨਲ ਗੱਭਰੂ ਨੂੰ ਬਾਲੀਵੁੱਡ ਅਤੇ ਪੋਲੀਵੁੱਡ ਦੀ ਦੁਨੀਆ ਤੋਂ ਜੁੜੀਆਂ ਛੋਟੀਆਂ ਵੱਡੀਆਂ ਖਬਰਾਂ ਲਈ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਥੱਲੇ ਦਿੱਤੇ ਗਏ ਬੈਲ ਆਈਕਨ ਨੂੰ ਲੇਟੈਸਟ ਅਪਡੇਟਸ ਲਈ ਕਲਿੱਕ ਕਰੋ ਅਨਟਿਲ ਦੈਨ ਔਨ ਕੈਮਰਾ ਵਿਦ ਦਿਲਜੀਤ ਮੈਂ ਜਸਮੀਤ ਤੁਹਾਡੇ ਸਾਰਿਆਂ ਤੋਂ ਲੈਣਾ ਇਜਾਜ਼ਤ gabru.com ਪੰਜਾਬ ਦਾ ਇੱਕ ਯੂਥ ਪੋਰਟਲ ਐਂਟਰਟੇਨਮੈਂਟ ਦਾ ਦੇਸੀ ਪੰਚ